ਸਾਧ ਗੁਣ ਨਿਧਾਨ ਗੁਰੂ ਗਰੀਬ ਨਿਵਾਸ ਸਾਰੀ ਸੰਗਤ ਗੱਜ ਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ समाया गया बदली चाल जमाने दी कैसा समाया गया बदली चाल जमाने दी अपने मतलब दी आज हो गई दुनिया सारी ਦਗਾ ਕਮਾਉਂਦੇ ਦੇਖਣੇ ਦੋਸਤ ਨਾਲ ਦੋਸਤਾਂ ਦਗਾ ਕਮਾਉਂਦੇ ਦੇਖਣੇ ਅੱਜ ਦੇ ਮਿੱਤਰਾਂ ਦੀ ਬਸ ਖਾਣ ਪੀਣ ਦੀ ਯਾਰੀ ਫਿਰਨ ਪਿਆਸੇ ਖੂਨ ਦੇ ਭਾਈ ਭਾਈਆਂ ਦੇ ਅੱਜ ਫਿਰਨ ਪਿਆਸੇ ਖੂਨ ਦੇ ਮਾਰ ਭਰਾ ਨੂੰ ਉਸਦੀ ਘਰੇ ਵਸਾਉਂਦੇ ਨਾਰੀ माया खातिर बेटा अलख मकाउंदा बाप दी हथी जहर वीर नू देव भैण प्यारी
بگانے کھوکے پیندے رات مسوما دی رات و رات جام دے ہون مایا داری کرم ترم تو بھول گئے سر جان ہارے نو کیتی کرت کنارے کرتے دین سہاری
تینو پھانسی لگ دی جھوٹے دی سرداری ਸ਼ਬਦ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਦਰਬਾਰ ਅੰਦਰ ਹਰ ਰੋਜ਼ ਦੀ ਤਰ੍ਹਾਂ
ਭਾਵਨਾ ਸ਼ਰਧਾ ਨਾਲ ਜੁੜ ਕੇ ਗੁਰਦਰਬਾਰ ਦੀ ਹਾਜ਼ਰੀ ਭਰ ਰਹੀ ਗੁਰਮੁਖ ਪਿਆਰੀ ਸੰਗਤ ਜੀ ਆਓ ਅੰਮ੍ਰਿਤ ਵੇਲੇ ਤੋਂ ਨੂਰਾਨੀ ਕੀਰਤਨ ਗੁਰੂ ਕੀ ਬਾਣੀ ਦਾ ਸਿਮਰਨ ਗੁਰ ਸ਼ਬਦ ਦੀਆਂ ਵਿਚਾਰਾਂ ਨਾਲ ਸਾਂਝ ਆਪ ਸੰਗਤਾਂ ਨੇ ਸਮੇਂ ਸਮੇਂ ਨਾਲ ਬਣਾਈ ਅਗਲੇ ਕੁਝ ਮਿੰਟ ਆਪਣੇ ਕੋਲ ਗੁਰ ਇਤਿਹਾਸ ਦਾ ਆਨੰਦ ਲੈਣ ਦੇ ਨੇ ਕੱਲ ਦੇ ਦੀਵਾਨਾਂ ਤੱਕ ਆਪਾਂ ਫੁਟਕਲ ਪ੍ਰਸੰਗ ਕੁਝ ਦੇਖੇ ਹਨ ਅਤੇ ਅੱਜ ਤੋਂ ਹੁਕਮ ਮਿਲਿਆ ਸੀ ਸਤਿਕਾਰਯੋਗ ਮੈਨੇਜਮੈਂਟ ਦਾ ਬੇਸ਼ੱਕ ਜਨਵਰੀ ਦੇ ਅੰਦਰ ਆਪਾਂ 18ਵੀਂ ਸਦੀ ਦੇ ਕੁਝ ਪ੍ਰਸੰਗਾਂ ਦੀ ਸਾਂਝ ਜਿਹੜੀ ਹੈ ਉਹ ਬਣਾਈ ਸੀ ਜਿੱਥੋਂ ਕੁ ਆਪਾਂ ਪ੍ਰਸੰਗ ਛੱਡਿਆ ਸੀ 18ਵੀਂ ਸਦੀ ਦਾ ਸਿੱਖ ਰਾਜ ਕਿਵੇਂ ਬਣਿਆ ਆਪਾਂ ਦੇਖ ਰਹੇ ਸੀ ਜਨਵਰੀ ਦੇ ਅੰਦਰ ਵੈਸੇ ਤਾਂ ਗੁਰੂ ਪੰਥ ਦੀ ਸਾਰੀ ਲੜਾਈ ਜਿਹੜੀ ਹੈ ਉਹ ਦੁਨੀਆਂ ਦੇ ਅੰਦਰ ਹੱਕ ਦਾ ਸੱਚ ਦਾ ਰਾਜ ਸਾਰੇ ਸੰਸਾਰ ਨੂੰ ਬੇਗਮਪੁਰਾ ਜਿੱਥੇ ਦੁਨੀਆਂ ਨੂੰ ਗਮ ਕੋਈ ਨਾ ਹੋਵੇ ਉਹ ਕਾਨੂੰਨ ਨਾਜ਼ਲ ਕਰਨ ਦੀ ਹੈ ਔਰ ਸਾਡੀ ਸਾਰੀ ਲੜਾਈ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਲੋਕ ਹੱਕੀ ਹੈ ਕਿ ਦੁਨੀਆਂ ਦੇ ਅੰਦਰ ਕਿਸੇ ਨਾਲ ਧੱਕਾ ਨਾ ਹੋਵੇ ਅਨਿਆਂ ਨਾ ਹੋਵੇ ਜਬਰ ਨਾ ਹੋਵੇ ਕੋਈ ਕਿਸੇ ਨਾਲ ਮਜ਼ਹਬੀ ਤੌਰ 'ਤੇ ਜਾਂ ਧਰਮ ਤੌਰ ਉੱਤੇ ਨਫ਼ਰਤ ਨਾ ਕਰੇ ਸਾਰੀ ਦੁਨੀਆਂ ਪਿਆਰ ਨਾਲ ਰਹੇ ਔਰ ਜੋ ਰਾਜ ਕਰਨ ਵਾਲੇ ਨੇ ਉਹਨਾਂ ਦੇ ਅੰਦਰ ਵੀ ਧਰਮ ਆਵੇ ਅਤੇ ਜਿਹੜੇ ਰਾਜ ਤਖਤਾਂ ਉੱਤੇ ਬੈਠ ਕੇ ਲੋਕਾਂ ਉੱਤੇ ਜ਼ੁਲਮ ਕਰਦੇ ਹੈ ਆਮ ਲੋਕਾਂ ਨੂੰ ਲੁੱਟਦੇ ਹੈ ਬੇਜ਼ਾਰ ਲੋਕਾਂ ਨੂੰ ਆਪਣੇ ਜ਼ੁਲਮ ਦੀ ਜੋ ਚੱਕੀ ਹੈ ਉਹਦੇ ਅੰਦਰ ਪੀਸਦੇ ਹੈ ਐਸੇ ਬੰਦਿਆਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਹੁੰਦਾ ਅਤੇ ਗੁਰੂ ਕਾ ਪੰਥ ਆਦਿ ਤੋਂ ਲੈ ਕੇ ਹੁਣ ਤੱਕ ਐਸੇ ਲੋਕਾਂ ਦੇ ਖਿਲਾਫ ਹੀ ਜੂਝਿਆ ਹੈ ਅਤੇ ਗੁਰੂ ਕੇ ਸਿੱਖੋ ਆਓ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਦਾ ਜਿਹੜਾ ਸਫ਼ਰ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਇਹ 1716 ਬਹੁਤ ਵੱਡੀ ਸੱਟ ਸੀ ਕੌਮ ਦੇ ਲੱਕ ਉੱਤੇ ਇਹ ਇੰਨੀ ਵੱਡੀ ਸੱਟ ਸੀ ਔਰ ਇੰਨੀ ਡਾਵਾਂ ਡੋਲਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕੁਝ ਸਮਾਂ ਪੰਥ ਦੇ ਅੰਦਰ ਰਹੀ ਪਰ ਗੁਰੂ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਬਈ ਥੋੜ੍ਹੇ ਸਮੇਂ ਦੇ ਬਾਅਦ ਹੀ ਪੰਥ ਫਿਰ ਆਪਣੇ ਆਪ ਨੂੰ ਸੰਭਾਲ ਗਿਆ ਔਰ ਆਪਣਾ ਜਿਹੜਾ ਇਹਦਾ ਕੰਮ ਸੀ ਜ਼ੁਲਮ ਦੇ ਖਿਲਾਫ ਜੂਝਣਾ ਪੰਥ ਨੇ ਉਹ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਦੁਬਾਰਾ ਫਿਰ ਸ਼ੁਰੂ ਕਰ ਦਿੱਤਾ ਸਟਾਰਟ ਕਰ ਦਿੱਤਾ ਅਤੇ ਆਓ ਖਾਲਸਾ ਜੀ ਜੇਕਰ ਕੋਈ ਹੋਰ ਮਾੜਾ ਮੋਟਾ ਪੰਥ ਹੁੰਦਾ ਕਮਜ਼ੋਰ ਕੌਮ ਹੁੰਦੀ ਜਾਂ ਕਿਸੇ ਕਮਜ਼ੋਰ ਰਾਹਬਰ ਦੀ ਕੌਮ ਹੁੰਦੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਰਨੈਲ ਦੀ ਸ਼ਹਾਦਤ ਤੋਂ ਬਾਅਦ ਕਦੇ ਵੀ ਨਾ ਉੱਠ ਪਾਉਂਦੀ ਬਾਬਾ ਜੀ ਦੀ ਸ਼ਹਾਦਤ ਇੱਕ ਪ੍ਰਕਾਰ ਨਾਲ ਸਮਝ ਲਓ ਕਿ ਕੌਮ ਦਾ ਲੱਕ ਤੋੜ ਗਈ ਸੀ ਇੰਨਾ ਜ਼ਿਆਦਾ ਕਹਿ ਲਓ ਕਿ ਆਲਮ ਉਦੋਂ ਡਾਵਾਂ ਡੋਲਤਾ ਵਾਲਾ ਬਣ ਗਿਆ ਸੀ ਪਰ ਅਗਲੇ ਸਾਡੇ ਜਰਨੈਲ ਜਿਹੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਨ੍ਹਾਂ ਨੇ ਕੌਮ ਨੂੰ ਸੰਭਾਲਿਆ ਉਹ ਗੁਰੂ ਦੀ ਰਹਿਮਤ ਨਾਲ ਬੜੇ ਇਮਾਨ ਵਾਲੇ ਬੜੀ ਚੜ੍ਹਦੀ ਕਲਾ ਵਾਲੇ ਪੰਥ ਪ੍ਰਸਤ ਔਰ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਉਹ ਜਰਨੈਲ ਗੁਰੂ ਦੇ ਪੰਥ ਨੂੰ ਮਿਲੇ ਉਹਨਾਂ ਨੇ ਇਸ ਡਾਵਾਂ ਡੋਲਤਾ ਦੇ ਆਲਮ ਦੇ ਅੰਦਰ ਕੌਮ ਨੂੰ ਬੜੀ ਛੇਤੀ ਦੁਬਾਰਾ ਫਿਰ ਸਟੈਂਡ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਰੀਬ 10 ਵਰੇ ਗੁਰੂ ਪੰਥ ਦੀਆਂ ਕੋਈ ਬਹੁਤੀਆਂ ਵੱਡੀਆਂ ਲੜਾਈਆਂ ਦਾ ਜ਼ਿਕਰ ਨਹੀਂ ਹੈ ਟੱਕਰਾਂ ਦਾ ਜ਼ਿਕਰ ਨਹੀਂ ਹੈ ਅਗਲੇ ਕਰੀਬ 10 ਵਰੇ ਜਿਹੜੇ ਨੇ ਜੀ ਉਹ ਪੰਥ ਦੇ ਅੰਦਰ ਕਹਿ ਲਓ ਕਿ ਤਿਆਰੀ ਦੇ ਵਰੇ ਸਨ ਜਦੋਂ ਪੰਜਾਬ ਦੀ ਵਜ਼ਾਰਤ ਬਦਲਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਤੋਂ ਕਰੀਬ 10 ਸਾਲ ਬਾਅਦ 1726 ਦੇ ਅੰਦਰ ਉਦੋਂ ਤੱਕ ਪੰਥ ਦੁਬਾਰਾ ਫਿਰ ਆਪਣੇ ਆਪ ਨੂੰ ਗੰਢ ਗਿਆ ਸੀ ਪੰਥ ਦੁਬਾਰਾ ਫਿਰ ਪੈਰਾਂ ਉੱਤੇ ਹੋ ਗਿਆ ਸੀ ਤਕਰੀਬਨ ਅਤੇ ਜ਼ਕਰੀਆ ਖਾਨ ਦੇ ਤਖ਼ਤ ਸੰਭਾਲਣ ਤੋਂ ਬਾਅਦ ਜਦੋਂ ਉਹ ਪੰਜਾਬ ਦਾ ਸੂਬੇਦਾਰ ਬਣਾਇਆ ਜਾਂਦਾ ਮਰਕਜ਼ੀ ਹਕੂਮਤ ਵੱਲੋਂ ਉਹਦੇ ਪਿਓ ਨੂੰ ਇੱਥੋਂ ਅਬਦੁਲ ਸਮਦ ਖਾਨ ਨੂੰ ਤਬਦੀਲ ਕਰਕੇ ਹਕੂਮਤ ਭੇਜ ਦਿੰਦੀ ਹੈ ਮੁਲਤਾਨ ਕਿਉਂਕਿ ਅਬਦੁਲ ਸਮਦ ਖਾਨ ਬਜ਼ੁਰਗ ਹੋ ਚੁੱਕਾ ਅਤੇ ਪੰਜਾਬ ਦੇ ਹਾਲਾਤਾਂ ਦੇ ਮੁਤਾਬਕ ਇੱਥੇ ਕੋਈ ਜਵਾਨ ਤੇਜ਼ ਤਰਾਰ ਹੀ ਸੂਬੇਦਾਰ ਚਾਹੀਦਾ ਸੀ ਪੰਥ ਦੀਆਂ ਜਿਹੜੀਆਂ ਝੜਪਾਂ ਟੱਕਰਾਂ ਪੰਥ ਦੀ ਜਿਹੜੀ ਬਗਾਵਤ ਹੈ ਉਹਨੂੰ ਦਬਾਉਣ ਵਾਸਤੇ ਹਕੂਮਤ ਨੇ ਮਹਿਸੂਸ ਕੀਤਾ ਕਿ ਹੁਣ ਅਬਦੁਲ ਸਮਦ ਖਾਨ ਉਹ ਜ਼ਿਆਦਾ ਨਹੀਂ ਹੈ
ਉਹ ਕਮਜ਼ੋਰ ਹੋ ਚੁੱਕਾ ਹੈ ਇਸ ਕਰਕੇ ਇਹਨੂੰ ਤਬਦੀਲ ਕਰਕੇ ਭੇਜ ਦਿੱਤਾ ਗਿਆ ਮੁਲਤਾਨ ਅਤੇ ਇਸੇ ਹੀ ਅਬਦੁਲ ਸਮਦ ਖਾਨ ਦਾ ਬੜਾ ਤੇਜ਼ ਤਰਾਰ ਜੁਝਾਰੂ ਪੁੱਤਰ ਜ਼ਕਰੀਆ ਖਾਨ ਹੈ ਇਹਨੂੰ ਖਾਨ ਬਹਾਦਰ ਦਾ ਲਕਬ ਦੇ ਕੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਗੁਰਮੁਖੋ ਆਓ ਇੱਕ ਲਗਭਗ 19-20 ਵਰੇ ਲਗਾਤਾਰ ਪੰਜਾਬ ਦਾ ਸੂਬੇਦਾਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਹਿ ਲਓ ਰਿਹਾ ਔਰ ਇਹਦੇ 20 ਸਾਲਾਂ ਦੇ ਅੰਦਰ ਸਾਡੇ ਇਤਿਹਾਸ ਦੀਆਂ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਇਹਦੇ ਪਹਿਲੇ ਸਾਲ ਦੇ ਅੰਦਰ ਹੀ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੁੰਦੀ ਹੈ ਔਰ ਇਹਦੇ ਪਹਿਲੇ ਸਾਲ ਹੀ ਸਾਡੀ ਜਿਹੜੀ ਹੈ ਲੜਾਈ ਚਵਿੰਡੇ ਵਾਲੀ ਇਹ ਪਿਛਲੇ ਜਨਵਰੀ ਦੇ ਅੰਦਰ ਆਪਾਂ ਸਾਂਝ ਬਣਾਈ ਸੀ ਚਵਿੰਡੇ ਵਾਲੀ ਲੜਾਈ ਹੁੰਦੀ ਹੈ ਜਿਹੜੀ ਪਿਓਰ ਬੀਬੀਆਂ ਲੜਦੀਆਂ ਨੇ ਉਹਦੇ ਵਿੱਚ ਕੋਈ ਸਿੰਘ ਨਹੀਂ ਲੜਿਆ ਇੱਕ ਦਿਨ ਦੀ ਉਹ ਬੜੀ ਵੱਡੀ ਲੜਾਈ ਸੀ ਪਰ ਗੁਰੂ ਕੀਆਂ ਅੰਮ੍ਰਿਤਧਾਰੀ ਧੀਆਂ ਭੈਣਾਂ ਮਾਵਾਂ ਸਾਡੀਆਂ ਨੇ ਰਲ ਕੇ ਉਹ ਲੜਾਈ ਮੁਗਲਾਂ ਨੂੰ ਪਿੰਡ ਦੇ ਉੱਤੇ ਹਮਲਾ ਕਰਨ ਆਇਆਂ ਨੂੰ ਬੜੇ ਬੁਰੇ ਤਰੀਕੇ ਨਾਲ ਖਦੇੜਿਆ ਅਤੇ ਭਜਾਇਆ ਇਹ ਦੋ ਘਟਨਾਵਾਂ ਜ਼ਕਰੀਆ ਖਾਨ ਦੇ ਪਹਿਲੇ ਸਾਲ ਦੀਆਂ ਨੇ ਅੱਗੇ ਲਗਾਤਾਰ ਇਹਦਾ ਜਿਹੜਾ ਜ਼ੁਲਮ ਹੈ ਉਹ ਨਾਜ਼ਲ ਹੁੰਦਾ ਹੈ ਪੰਥ ਉੱਤੇ ਇਸੇ ਦੇ ਰਾਜ ਦੇ ਅੰਦਰ ਹੀ ਆਓ ਇਹ ਫਿਰ 1733 ਤੱਕ ਜਾਂਦਾ ਇਹਨੇ ਸਮਝ ਲਿਆ ਕਿ ਪੰਥ ਨੂੰ ਤਲਵਾਰ ਨਾਲ ਨਹੀਂ ਦਬਾਇਆ ਜਾ ਸਕਦਾ ਇਹਨੇ ਪੰਥ ਨਾਲ ਮਿੱਤਰਤਾ ਗੰਢਣ ਦੀ ਚਾਲ ਕੀਤੀ ਨਵਾਬੀ ਦੀ ਖਿਲਤ ਭੇਜੀ ਸੀ 1733 ਨੂੰ ਇਹਨੇ ਇਹ ਵੀ ਪ੍ਰਸੰਗ ਆਪਾਂ ਜਨਵਰੀ 'ਚ ਸਰਵਣ ਕਰ ਚੁੱਕੇ ਹਾਂ ਆਓ ਇਹ ਸਾਡਾ ਜਦੋਂ ਇਹ ਨੇੜੇ ਆ ਕੇ ਸਾਨੂੰ ਹੁਣ ਕਮਜ਼ੋਰ ਕਰਨ ਲਈ ਇਹਨੇ ਨੀਤੀ ਖੇਡੀ ਬਈ ਤਲਵਾਰ ਦੇ ਜ਼ੋਰ ਨਾਲ ਪੰਥ ਨਹੀਂ ਨੱਪਿਆ ਜਾ ਸਕਦਾ ਨੇੜੇ ਲੱਗ ਕੇ ਇਹਨਾਂ ਨੂੰ ਭੇਤੀ ਬਣ ਕੇ ਆਪਸ ਵਿੱਚ ਲੜਾ ਦਿੰਦੇ ਹਾਂ ਇੱਕ ਨੂੰ ਨਵਾਬ ਬਣਾ ਦਿਆਂਗੇ ਦੂਜਿਆਂ ਨੇ ਆਪੇ ਤਲਵਾਰਾਂ ਕੱਢ ਲੈਣੀਆਂ ਮੈਂ ਬਣਨਾ ਪੰਥ ਨੇ 2 ਸਾਲ ਲਾਹੌਰ ਸਲਤਨਤ ਨਾਲ ਗੱਠਜੋੜ ਰੱਖਿਆ ਸਰਦਾਰ ਕਪੂਰ ਸਿੰਘ ਜੀ ਨਵਾਬ ਬਣੇ ਪਰ ਇਹਦੇ ਸੁਪਨਿਆਂ ਮੁਤਾਬਕ ਪੰਥ ਵਿੱਚ ਕੁਝ ਵੀ ਨਾ ਹੋਇਆ ਨਾ ਪੰਥ ਆਪਸ 'ਚ ਲੜਿਆ ਨਾ ਸਰਦਾਰ ਕਪੂਰ ਸਿੰਘ ਕੋਲੋਂ ਕਿਸੇ ਦੂਜੇ ਸਰਦਾਰ ਨੇ ਨਵਾਬੀ ਮੰਗੀ ਇਹ ਪੰਥ ਦੀਆਂ ਤਿਆਰੀਆਂ ਦਾ ਸਮਾਂ ਸੀ ਪੰਥ ਨੇ ਇਸ ਸਮੇਂ ਦਾ ਬੜਾ ਵੱਡਾ ਫਾਇਦਾ ਲਿਆ ਔਰ ਆਪਸ ਦੇ ਅੰਦਰ ਕੋਈ ਵੀ ਮਤਭੇਦ ਸਾਡੇ ਜਰਨੈਲਾਂ ਨੇ ਪੈਦਾ ਹੀ ਨਹੀਂ ਹੋਣ ਦਿੱਤਾ ਔਰ ਇਹਨਾਂ ਮਿਲੇ ਹੋਏ 2 ਸਾਲਾਂ ਦੇ ਅੰਦਰ ਪੰਥ ਨੇ ਬਹੁਤ ਵੱਡੀ ਤਿਆਰੀ ਆਪਣੀ ਕਰ ਲਈ ਨਵੀਆਂ ਫੌਜਾਂ ਭਰਤੀ ਕੀਤੀਆਂ ਉਹਨਾਂ ਨੂੰ ਜੰਗਜੂ ਬਣਾਇਆ ਇੰਨੀ ਕੁ ਤਿਆਰੀ ਕਰ ਲਈ ਖਾਲਸਾ ਜੀ ਕਿ ਹੁਣ ਅਗਲੀ ਸਦੀ ਭਰ ਵੀ ਜੇਕਰ ਇਹਨਾਂ ਨਾਲ ਲੜਨਾ ਪੈਂਦਾ ਤੇ ਪੰਥ ਇਹਨਾਂ ਦੀ ਨਾ ਈਨ ਨਹੀਂ ਸੀ ਮੰਨਣ ਲੱਗਾ ਆਓ 1735 ਦੇ ਅੰਦਰ ਜਦੋਂ ਇਹਨੇ ਦੇਖਿਆ ਵੀ ਇਹ ਤੇ ਮੇਰੇ ਮੁਤਾਬਕ ਨਾ ਆਪਸ 'ਚ ਲੜੇ ਆ ਨਾ ਮੇਰੇ ਅਧੀਨ ਹੋਏ ਆ ਇਹਨੇ 1735 ਦੇ ਅੰਦਰ ਨਵਾਬੀ ਜ਼ਬਤ ਕਰ ਲਈ ਪੰਥ ਨੇ ਫਿਰ ਤਲਵਾਰਾਂ ਧੋਈਆਂ ਮੈਦਾਨ ਅੰਦਰ ਆ ਗਿਆ 1735 ਤੋਂ ਲੈ ਕੇ ਲਗਾਤਾਰ 1801 ਤੱਕ ਸਾਡੇ ਜਰਨੈਲ ਲਗਾਤਾਰ ਜੂਝੇ ਲਗਾਤਾਰ ਤਲਵਾਰ ਚੱਲੀ ਲਗਾਤਾਰ ਸ਼ਹਾਦਤਾਂ ਹੋਈਆਂ ਲਗਾਤਾਰ ਜੰਗ ਹੋਏ ਯੁੱਧ ਹੋਏ ਘੱਲੂਘਾਰੇ ਕੌਮ ਨੇ ਦੇਖੇ ਪਰ ਸਾਡੇ ਜਰਨੈਲ ਇੰਨੇ ਅਹਿਲ ਨੇ ਸਾਡੇ ਜਰਨੈਲ ਇੰਨੇ ਲਾ ਤਲੀਮ ਨੇ ਕਿ ਉਹਨਾਂ ਨੇ ਕੌਮ ਨੂੰ ਡੋਲਣ ਨਹੀਂ ਦਿੱਤਾ ਬੜਾ ਵਿਖੜਾ ਸਮਾਂ ਹੈ 18ਵੀਂ ਸਦੀ ਦਾ ਜਿਹੜਾ ਸਾਡਾ ਇਤਿਹਾਸ ਹੈ ਕੌਮ ਘਰੋਂ ਬੇਕਾਰ ਹੈ ਸਾਡੇ ਕੋਲ ਛਕਣ ਨੂੰ ਕੁਝ ਨਹੀਂ ਪਹਿਨਣ ਨੂੰ ਕੁਝ ਨਹੀਂ ਸਾਡੇ ਸਿਰਾਂ ਉੱਤੇ ਛੱਤ ਵੀ ਨਹੀਂ ਜੰਗਲ ਦੇ ਅੰਦਰ ਕਰੀਬ 1 ਸਦੀ ਕੌਮ ਨੇ ਗੁਜ਼ਾਰੀ ਪਰ ਗੁਰੂ ਕੇ ਸਿੱਖੋ ਫਿਰ ਵੀ ਕੌਮ ਚੜ੍ਹਦੀ ਕਲਾ ਦੇ ਅੰਦਰ ਰਹੀ ਔਰ 18ਵੀਂ ਸਦੀ ਦੇ ਸੰਘਰਸ਼ ਦੀ ਜਿਹੜੀ ਗਾਥਾ ਹੈ ਉਹ ਆਪਾਂ ਜਨਵਰੀ ਦੇ ਅੰਦਰ ਆਰੰਭ ਕੀਤੀ ਸੀ ਤਾਂ ਗੁਰਮੁਖੋ ਇਹਦੇ ਪਹਿਲੇ ਕੁਝ ਸਾਲ ਆਪਾਂ ਛੱਡਦੇ ਹਾਂ ਮੈਨੂੰ ਹੁਣ ਯਾਦ ਨਹੀਂ ਕਿ ਆਪਾਂ ਕਿੱਥੋਂ ਕੁ ਵਿਰਾਮ ਲਾਇਆ ਸੀ ਜਨਵਰੀ ਦੇ ਅੰਦਰ ਆਪਾਂ 1716 ਤੋਂ ਆਰੰਭਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਅਤੇ ਲਗਾਤਾਰ ਆਪਾਂ ਚੱਲੇ ਸਾਂ ਆਪਾਂ ਹੁਣ 1738 ਤੋਂ ਆਰੰਭ ਕਰ ਲੈਂਦੇ ਹਾਂ ਜਦੋਂ ਨਾਦਰ ਸ਼ਾਹ ਭਾਰਤ ਉੱਤੇ ਚੜ੍ਹ ਕੇ ਆਉਂਦਾ ਇਸ ਤੋਂ ਅੱਗੇ ਆਪਾਂ ਯਤਨ ਕਰਾਂਗੇ ਅਗਲਾ 1 ਮਹੀਨਾ ਜਿਹੜਾ ਉਹ ਗੁਰੂ ਕਿਰਪਾ ਕਰੇ ਆਪਾਂ ਖਾਲਸਾ ਰਾਜ ਦੀ ਕਾਇਮੀ ਤੱਕ ਦਾ ਸਫ਼ਰ ਜਿਹੜਾ ਉਹ ਸਾਰੇ ਹਾਲਾਤ ਚੜ੍ਹਦੀ ਕਲਾ ਟੈਂਦੀ ਕਲਾ ਵਿੱਚ ਨਿਰਾਸ਼ਗੀ ਵੀ ਆਏਗੀ ਚੜ੍ਹਦੀਆਂ ਕਲਾ ਵੀ ਆਉਣਗੀਆਂ ਵੱਡੀਆਂ ਵੱਡੀਆਂ ਸ਼ਹਾਦਤਾਂ ਵੀ ਹੋਣਗੀਆਂ ਇੱਕ ਇੱਕ ਦਿਨ ਦੇ ਅੰਦਰ 40-40 ਹਜ਼ਾਰ ਸਿੱਖ ਦਾ ਕਤਲੇਆਮ ਵੀ ਹੋਵੇਗਾ ਇੱਕ ਇੱਕ ਦਿਨ ਦੇ ਅੰਦਰ 18 ਤੋਂ 22 ਹਜ਼ਾਰ ਵੀ ਸਾਡਾ ਕਤਲ ਹੋਇਆ ਇੱਕ ਇੱਕ ਦਿਨ ਦੇ ਅੰਦਰ ਹਜ਼ਾਰਾਂ ਸ਼ਹੀਦੀਆਂ ਹੋਈਆਂ ਪਰ ਸਾਡੇ ਜਰਨੈਲਾਂ ਦੇ ਕਾਰਨ ਔਰ ਗੁਰੂ ਉੱਤੇ ਮੁਕੰਮਲ ਭਰੋਸਾ ਹੋਣ ਦੇ ਕਾਰਨ ਸਾਡੀ ਕੌਮ ਨਹੀਂ ਡੋਲੀ ਸਾਡੇ ਜਰਨੈਲਾਂ ਨੇ ਕੌਮ ਨੂੰ ਡੋਲਣ ਨਹੀਂ ਦਿੱਤਾ ਆਓ ਇਹ ਸਾਰੇ ਉਤਰਾਅ ਚੜਾਅ ਜਿਹੜੇ ਹਨ ਗੁਰੂ ਕਿਰਪਾ ਕਰੇ ਆਪਾਂ ਅਗਲੇ ਦਿਨਾਂ ਦੇ ਅੰਦਰ ਦੇਖਾਂਗੇ ਅੱਜ ਆਪਾਂ ਆਰੰਭ ਕਰਦੇ ਹਾਂ 1738 ਤੋਂ ਪਹਿਲੇ ਕੁਝ ਸਾਲ ਆਪਾਂ ਛੱਡ ਲੈਂਦੇ ਗੁਰੂ ਕਿਰਪਾ ਕਰੇ ਪਰ ਸਭ ਤੋਂ ਪਹਿਲਾਂ ਆਓ ਗੁਰੂ ਚਰਨਾਂ ਦੇ ਅੰਦਰ ਚੁੱਕੀਏ
ਬੇਨਤੀ ਨੂੰ ਪ੍ਰਵਾਨੋ ਢਾਡੀ ਜਥੇ ਦੀ ਬੁਲਾਈ ਫਤਿਹ ਕਬੂਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਖਾਲਸਾ ਜੀ ਕਈ ਵਾਅਦਿਆਂ ਘਾਟਿਆਂ ਵਿੱਚੋਂ ਨਿਕਲਦਾ ਪੰਥ ਕਈ ਸਮਿਆਂ ਵਿੱਚੋਂ ਨਿਕਲਦਾ ਹੋਇਆ ਪੰਥ 1738 ਤੱਕ ਪਹੁੰਚਦਾ ਹੈ ਤੇ ਇਹ ਸਮਾਂ ਜਿਹੜਾ ਜੀ ਮੁਗਲ ਸਲਤਨਤ ਨਾਲ ਸਾਡੀ ਬੜੀ ਤਿੱਖੀ ਲੜਾਈ ਦਾ ਸਮਾਂ ਸੀ ਬੜੀ ਤਿੱਖੀ ਟੱਕਰ ਜਿਹੜੀ ਹੈ ਮੁਗਲ ਸਲਤਨਤ ਨਾਲ ਚੱਲ ਰਹੀ ਹੈ ਇੱਥੇ ਸਾਡੇ ਜਿਹੜੇ ਜਰਨੈਲ ਨੇ ਗੁਰਮੁਖੋ ਲਗਭਗ ਦਰਜਨ ਦੇ ਕਰੀਬ ਸਾਡੇ ਉਹ ਮਹਾਨ ਜਰਨੈਲ ਨੇ ਜਿਨ੍ਹਾਂ ਦੇ ਅੰਦਰ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਕੌਮ ਦੇ ਸ਼੍ਰੋਮਣੀ ਜਥੇਦਾਰ ਸਮਝੇ ਜਾਂਦੇ ਸਨ ਉਹ 1734 ਵਿੱਚ ਚੜ੍ਹਾਈ ਕਰ ਗਏ ਸਨ ਉਹਨਾਂ ਦੀ ਜਗ੍ਹਾ ਹੀ 1734 ਦੇ ਅੰਦਰ ਸਰਦਾਰ ਕਪੂਰ ਸਿੰਘ ਫੈਜ਼ਲਪੁਰ ਵਾਲੇ ਉਹ ਨਵਾਬ ਵੀ ਬਣੇ 1733 ਦੇ ਅੰਦਰ ਤੇ 1734 ਦੇ ਅੰਦਰ ਉਹਨਾਂ ਕੋਲ ਨਵਾਬੀ ਵੀ ਹੈ ਪਰ ਕੌਮ ਦੇ ਉਹ ਸ਼੍ਰੋਮਣੀ ਜਥੇਦਾਰ ਵੀ ਬਣਦੇ ਆ ਸਰਦਾਰ ਕਪੂਰ ਸਿੰਘ ਤੋਂ ਇਲਾਵਾ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਬਾਬਾ ਕਰਮ ਸਿੰਘ ਜੀ ਬਾਬਾ ਹਰੀ ਸਿੰਘ ਹਜ਼ੂਰੀ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇਵਾਲਾ ਬਾਬਾ ਵੀਰ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਇਸੇ ਤਰ੍ਹਾਂ ਬਾਬਾ ਬੁੱਢਾ ਸਿੰਘ ਜੀ ਸ਼ੁਕਰ ਚੱਕੀਆ ਬਾਬਾ ਦੀਪ ਸਿੰਘ ਜੀ ਸ਼ਹੀਦ ਇੱਤ ਆਦਿਕ ਸਾਡੇ ਮਹਾਨ ਜਰਨੈਲ ਨੇ ਗੁਰੂ ਕੇ ਸਿੱਖੋ ਜਿਹੜੇ ਆਪੋ ਆਪਣੇ ਜਥਿਆਂ ਦੀ ਕਮਾਂਡ ਕਰਦੇ ਹੋਏ ਜ਼ਾਲਮ ਮੁਗਲ ਹਕੂਮਤ ਦੇ ਨਾਲ ਟੱਕਰ ਲੈ ਰਹੇ ਨੇ ਸਾਡਾ ਘਰ ਰਾਵੀ ਦਰਿਆ ਦੇ ਛੰਭ ਸਨ ਜੰਗਲ ਸਨ ਬੇਲੇ ਸਨ ਧੁੱਪਾਂ ਛਾਵਾਂ ਸਿਆਲ ਗਰਮੀਆਂ ਸਾਨੂੰ ਸਾਰੀਆਂ ਜੰਗਲਾਂ ਵਿੱਚ ਹੀ ਕੱਟਣੀਆਂ ਪੈਂਦੀਆਂ ਸਨ ਆਓ ਖਾਲਸਾ ਜੀ ਇੰਨੀਆਂ ਤੰਗੀਆਂ ਇੰਨਾ ਵਿਖੜਾ ਸਮਾਂ ਇੰਨੀ ਤੰਗ ਦਸਤੀ ਇੰਨੀਆਂ ਤਰੁਸ਼ੀਆਂ ਹੋਣ ਦੇ ਬਾਵਜੂਦ ਵੀ ਗੁਰੂ ਦਾ ਪੰਥ ਫਿਰ ਵੀ ਚੜ੍ਹਦੀ ਕਲਾ ਦੇ ਜੈਕਾਰੇ ਛੱਡਦਾ ਰਿਹਾ ਨਗਾਰੇ ਵਜਾਉਂਦਾ ਰਿਹਾ 1738 ਦੇ ਅੰਦਰ ਨਾਦਰ ਸ਼ਾਹ ਭਾਰਤ ਉੱਤੇ ਚੜ੍ਹ ਕੇ ਆਉਂਦਾ ਇਹ ਨਾਦਰ ਸ਼ਾਹ ਕੋਈ ਸ਼ਾਹੀ ਖਾਨਦਾਨ ਦਾ ਪੁੱਤਰ ਨਹੀਂ ਹੈ ਇਹਦੇ ਪਿਓ ਦਾਦੇ ਭੇਡਾਂ ਚਾਰਦੇ ਸਨ ਇਹਦਾ ਜਨਮ 1688 ਦੇ ਅੰਦਰ ਈਰਾਨ ਦੇ ਸ਼ਹਿਰ ਈਰਾਨ ਦੇ ਅੰਦਰ ਹੋਇਆ ਸੀ ਆਓ ਖਾਲਸਾ ਜੀ ਇਹਦੀ ਉਮਰ ਇਹ ਭਰ ਜਵਾਨ ਹੋਇਆ ਪਿਓ ਦਾਦਿਆਂ ਨਾਲ ਬਚਪਨ ਤੋਂ ਹੀ ਭੇਡਾਂ ਚਾਰਨ ਲੱਗ ਪਿਆ ਸੀ ਆਓ ਭੇਡਾਂ ਚਾਰਦਾ ਚਾਰਦਾ ਜਵਾਨ ਹੋਇਆ ਹੁਣ ਜਿਹੜਾ ਖਾਨਦਾਨ ਜਿਹਦੇ ਪਿਓ ਦਾਦੇ ਭੇਡਾਂ ਚਾਰਦੇ ਨੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਪਰਿਵਾਰ ਕਿੰਨਾ ਕੁ ਅਮੀਰ ਹੋ ਸਕਦਾ ਉਹ ਪਰਿਵਾਰ ਕਿੰਨਾ ਕੁ ਕੋਈ ਬਾਦਸ਼ਾਹਤ ਵਾਲਾ ਹੋ ਸਕਦਾ ਕਿੰਨਾ ਕੁ ਉਸ ਪਰਿਵਾਰ ਦਾ ਜਿਹੜਾ ਦਬਦਬਾ ਲੋਕਾਂ ਤੇ ਹੋ ਸਕਦਾ ਭੇਡਾਂ ਚਾਰਨ ਵਾਲਾ ਬੜਾ ਗਰੀਬ ਅੱਤ ਦਰਜੇ ਦਾ ਗਰੀਬ ਪਰਿਵਾਰ ਉਹਦੇ ਘਰ ਇਹਨਾਂ ਇਹਦਾ ਜਨਮ ਹੋਇਆ ਪਿਓ ਦਾਦੇ ਭੇਡਾਂ ਚਾਰਦੇ ਨੇ ਬਚਪਨ ਤੋਂ ਹੀ ਬਹੁਤੀ ਪੜ੍ਹਾਈ ਦਾ ਇਹਨੂੰ ਗਰੀਬੀ ਕਾਰਨ ਮੁਫਲਿਸੀ ਕਾਰਨ ਬਹੁਤਾ ਸਮਾਂ ਨਹੀਂ ਮਿਲਿਆ ਇਸ ਕਰਕੇ ਬਚਪਨ ਤੋਂ ਆਪਣੇ ਪਿਓ ਦਾਦਿਆਂ ਦੀਆਂ ਭੇਡਾਂ ਚਾਰਨ ਲੱਗ ਪਿਆ ਭੇਡਾਂ ਚਾਰਦਾ ਚਾਰਦਾ ਹੀ ਈਰਾਨ ਦੀ ਇੱਕ ਬਦਮਾਸ਼ਾਂ ਦੀ ਗੈਂਗ ਵਿੱਚ ਚਲਾ ਗਿਆ ਬਦਮਾਸ਼ਾਂ ਦੇ ਡਾਕੂਆਂ ਦੇ ਇੱਕ ਟੋਲੇ ਵਿੱਚ ਰਲ ਗਿਆ ਔਰ ਗੈਂਗਸਟਰ ਬਣਨ ਤੋਂ ਬਾਅਦ ਨਾਦਰ ਸ਼ਾਹ ਦੁਰਾਨੀ ਇੰਨੀ ਬਹਾਦਰੀ ਨਾਲ ਕੰਮ ਕਰਦਾ ਕਿ ਥੋੜ੍ਹੇ ਸਮੇਂ ਬਾਅਦ ਹੀ ਇਹ ਆਪਣੀ ਗੈਂਗ ਦਾ ਲੀਡਰ ਬਣ ਗਿਆ ਗੈਂਗ ਦਾ ਆਗੂ ਬਣ ਗਿਆ ਆਓ ਖਾਲਸਾ ਜੀ ਗੈਂਗ ਦਾ ਆਗੂ ਬਣਨ ਤੋਂ ਬਾਅਦ ਇਸ ਬੰਦੇ ਨੇ ਆਮ ਲੋਕਾਂ ਨੂੰ ਨਹੀਂ ਸਤਾਇਆ ਇਹ ਜਿਹੜੇ ਵੱਡੇ ਵੱਡੇ ਤਨਾੜ ਲੋਕ ਸਨ ਉਹਨਾਂ ਦੇ ਘਰਾਂ 'ਚ ਲੁੱਟਾਂ ਮਾਰਦਾ ਉਹਨਾਂ ਦੇ ਕਾਫਲਿਆਂ ਨੂੰ ਲੁੱਟਦਾ ਪੈਸਾ ਖੋਹਦਾ ਘੋੜੇ ਖੋਹਦਾ ਅਤੇ ਇਹ ਪੈਸਾ ਜਿਹੜਾ ਹੈ ਜਿੱਥੇ ਆਪਣੀ ਗੈਂਗ ਦੀਆਂ ਲੋੜਾਂ ਪੂਰੀਆਂ ਕਰਦਾ ਉੱਥੇ ਇਹ ਲੋੜਵੰਦ ਗਰੀਬਾਂ ਵਿੱਚ ਵੰਡ ਦਿਆ ਕਰਦਾ ਸੀ ਬੜਾ ਚੰਗਾ ਕਿਰਦਾਰ ਹੈ ਨਾਦਰ ਸ਼ਾਹ ਦੁਰਾਨੀ ਦਾ ਆਓ ਖਾਲਸਾ ਜੀ ਇਹਦੀ ਗੈਂਗ ਜਿਹੜੀ ਹੈ ਉਦੋਂ ਈਰਾਨ ਦੇ ਅੰਦਰ ਚਰਚਿਤ ਗੈਂਗ ਸੀ ਬਦਮਾਸ਼ਾਂ ਦਾ ਇਹ ਟੋਲਾ ਜਿਹੜਾ ਇਹਦੀ ਚਰਚਾ ਚਾਰੇ ਪਾਸੇ ਸੀ ਬੜਾ ਜੰਗਜੂ ਹੈ ਬੜਾ ਬਹਾਦਰ ਹੈ ਬੜੀਆਂ ਵੱਡੀਆਂ ਵੱਲੀਆਂ ਵੱਡੀਆਂ ਮਾਰਾਂ ਧਾੜਾਂ ਡਾਕੇ ਨਾਦਰ ਸ਼ਾਹ ਦੀ ਗੈਂਗ ਨੇ ਈਰਾਨ ਦੇ ਅੰਦਰ ਮਾਰੇ ਪਰ ਖਾਲਸਾ ਜੀ ਆ ਉਹ ਸਮਾਂ ਬਦਲਿਆ 1717 ਦੇ ਅੰਦਰ ਅਫਗਾਨਿਸਤਾਨ ਵਾਲਿਆਂ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ ਅਫਗਾਨ ਦੇ ਪਠਾਣਾਂ ਨੇ ਈਰਾਨ ਦੇ ਮੁਸਲਮਾਨਾਂ ਉੱਤੇ ਹਮਲਾ ਕੀਤਾ ਇੱਥੋਂ ਦਾ ਬਾਦਸ਼ਾਹ ਬੜਾ ਕਮਜ਼ੋਰ ਸੀ ਇਸ ਕਰਕੇ ਅਫਗਾਨ ਦੇ ਪਠਾਣ ਸੌਖਿਆਂ ਹੀ ਈਰਾਨ ਨੂੰ ਜਿੱਤ ਕੇ ਇੱਥੇ ਕਾਬਜ਼ ਹੋ ਗਏ ਇੱਧਰ ਹੁਣ ਨਾਦਰ ਸ਼ਾਹ ਦੇ ਦੇਸ਼ ਉੱਤੇ ਅਫਗਾਨੀਆਂ ਨੇ ਆ ਕੇ ਕਬਜ਼ਾ ਕਰ ਲਿਆ 1717 ਹੁਣ ਨਾਦਰ ਕੋਈ ਸਰਕਾਰੀ ਆਰਮੀ ਦਾ ਕਮਾਂਡਰ ਨਹੀਂ ਹੈ ਇੱਕ ਗੈਂਗ ਦਾ ਹੀ ਕਮਾਂਡਰ ਹੈ ਪਰ ਖਾਲਸਾ ਜੀ ਇਹ ਆਪਣੇ ਦੇਸ਼ ਦੇ ਨਾਲ ਬੜੀ ਮੁਹੱਬਤ ਕਰਦਾ ਆਪਣੇ ਲੋਕਾਂ ਨਾਲ ਬੜਾ ਪਿਆਰ ਕਰਦਾ ਇਹਨੇ ਬਹਾਦਰੀ ਦਿਖਾਈ ਆਪਣੀ ਗੈਂਗ ਦੇ ਨਾਲ ਹੀ ਅਫਗਾਨੀਆਂ ਨੂੰ 1717 ਦੇ ਅੰਦਰ ਆਪਣੇ ਦੇਸ਼ ਤੋਂ ਭਜਾਇਆ ਅਫਗਾਨੀਆਂ ਤੋਂ ਆਪਣਾ ਦੇਸ਼ ਆਜ਼ਾਦ ਕਰਾਇਆ
اور انہیں اتھے لالچ نہیں کیتا کہ میں آزاد کرایا دیش نو میں افغانی پجائے نے تے میں بادشاہ بننا چاہنا نہیں بالکل نہیں جیڑا خاندان پہلا اتھے راج کر رہا سی اونا دے ہی ایک اگلے بندے نو او دا نام اتحاس نے تہ ماسپ لکھیا ہے اونو انہیں ایران چون افغانیاں نو پجاؤن تو بعد 1717 دے اندر تہ ماسپ نو اتھے دا بادشاہ بنا دیتا کچھ سمیں بعد تہ ماسپ جیڑا ہے او کچھ سمیں او راج کرتا رہندا ہے او دے تو بعد 1721 افغانیاں نے پھر حملہ کیتا ایران اتے تہ ماسپ بھی بہتا جیڑا سی او نہیں کر سکیا کچھ او خالصا جی ہون دوبارہ پھر افغانیاں نے آکے جدو نپیا ایران نو انہیں پھر اپنی گینگ ورتی اپنی طاقت دے نال انہاں نو اتھوں پجایا دوجی واری اپنا دیش افغانیاں کولو آزاد کروایا او خالصا جی ہون اس تو پہلا تہ ماسپ جیڑا اسے سمیں دوران ہی او دی موت ہو جاندی ہے اور انہیں پھر بھی اپنے اپنو بادشاہ نہیں اعلانیا دو واری اپنے دیش نو آزاد کراؤں دا اور دوسری واری خالصا جی اے تہ ماسپ دا پتر ہے او دی عمر بڑی چھوٹی ہے او دا نام اتحاس نے لکھیا ہے عباس اے عباس نو بادشاہ بنا دندا ہے تے جنتا نے آپ اینو خود مختار مطلب کہ عباس بادشاہ بطور بادشاہ ایران دے تخت اتے اے بڑی چھوٹی عمر دا عباس بیٹھا ہے پر جڑی کہہ لو کہ انڈریکٹلی چابی ہے ایران دی بادشاہت دی او ہن نادر دے ہتھ وچ آ گئی لوگ اینو پیار کر دے سن دو واری اپنے دیش نو افغانیاں تو آزاد کرایا ہے اس کر کے ایران دی جنتا انہوں بڑا پیار کر دی ہے آو خالصہ جی اے دوسرا بادشاہ جڑا سی عباس 8 مہینے بعد قدرتی طور اتے اے دی موت ہو جاندی ہے تے آو خالصہ جی ادھر 1736 دے اندر ایران دی جنتا سرب سمتی نال انہوں اپنا بادشاہ اعلان دن دی ہے نادر شاہ نے ایران واسطے بڑیاں وڈیاں لڑائیاں لڑیاں بڑی ایمانداری نال اپنے دیش دا جڑا حق سی او دے واسطے اے لڑ دا رہا اور جدو عباس دی موت ہوں دی ہے پھر ایران دی جنتا آپ فیصلہ کر دی ہے کہ نادر تو علاوہ سانو اور کوئی سنبھال نہیں سکتا نادر ورگا بہادر جرنیل ہی سانو ایران دا بادشاہ چاہی دا ہے سو 1736 دے اندر ایران دی جنتا نے انو اپنا بادشاہ اعلان دیتا اپنا بادشاہ قبول کر لیا او خالصہ جی 1736 دے اندر پیڑاں چارن والے غریباں دا پوت نادر اے ایران دا بادشاہ بن گیا اے دی قابلیت ہے اے دی یوگتا ہے اے دی کہلو کہ سکشیت ایسی ہے کردار ایسا ہے کہ لوکاں نے آپ انو اپنا بادشاہ قبول کر لیا او جی ہن بادشاہت سنبھالن تو بعد انہیں کچھ سما ایران دے سسٹم سیٹ کیتا ہے اپنا جڑا پورا پینڈ لیبل تو لے کے اوپر تک اپنا سسٹم جڑا ہے او چنگے طریقے نال سیٹ کرن تو بعد ہونے نو غصہ ہے بھی افغانستان والے آنے میرے دیش ہوتے دو واری حملہ کیتا سی ہونے جڑا بندہ انو دو واری افغانی انو اپنے دیش چون جننے پجایا او دے حوصلے بلند سن اس کر کے خالصہ جی آؤ انہیں مئی 1738 دے اندر افغانستان اتے حملہ کر دیتا آؤ دے انسارے نے غزنی نپیا کابل نپیا کندار نپیا دیکھ دیاں کچھ سمیں دے اندر نادر شاہی چکھڑ دے مورے افغانستانیاں نے گوڑے ٹیک دیتے مکمل طور اتے انہیں افغانستان اتے قبضہ کر لیا افغانستان نو جتن تو بعد آؤ خالصہ جی ہون اے دی اگلی نظر پارت اتے باپو سیتل صاحب کہیں دے کہ جیتو جرنیلان دا کتے صبر نہیں ہندہ وہ اگے تو اگے ودنا چون دے ہندے ہے اس کر کے جدو افغانیاں نو جیت لیا نادر نے اے دے حونسلے ساتھ اسمانہ نو چھو رہے سن ہون افغان دے نال اگلا لگ دا ہے پارت انہیں ہون پارت وال نظر کیتی ہے آو خرصہ جی افغان اتے قبضہ کرن تم بعد ایدہ اگلا حملہ پشاور تے سی دسمبر دے اندر نومبر 1738 دے اندر انہیں پشاور آکے جت لیا 12 دسمبر نو اگلے مہینے پشاور جتن تو بعد 12 دسمبر نو دریا اٹک پار کر کے انہیں انٹری کر لئی پنجاب دے اندر آو خالصہ جی ہون ایتھے دا جڑا اگلا ایتھے انٹری کرن تو بعد افغان تو پشاور جت کے اٹک دریا پار کر کے پہلا ایدہ ٹارگٹ لاہور ہی ہونا سی کیونکہ لاہور ہی ادھر آن والے ہر تاڑوی دا پہلا جڑا ٹارگٹ رہے ہیں او لاہور ہی لے ہیں لاہور دا صوبے دار ایس ویلے زکریہ خان ہے جڑا دلی دربار والوں صوبے داری کر رہے ہیں او خالصہ جی ایتھے جنوری دے اندر
نادر دیا فوجان لاہور تے حملہ کر دیا نے زکریہ خان خان بہادر ماڑی موٹی ٹکر انہوں دیندا ہے پر بڑا سکھالا ہی نادر بھارت اندر آ کے لاہور اتنے بھی قبضہ کر لیندا ہے وہ دے تو بعد اگے نو ودھنا چاہندا ہے ہن اگلا نشانہ یہ دلی ہے آو خرسہ جی مک دی گل اے فروری دے اندر اتھوں چلدا ہے قبضہ اپنا کر کے لاہور اتنے فروری 1739 نو اے ہن کوچ کردا ہے جی دلی وال نو آو جی 12 فروری 1739 نو کرنال دے مقام اتنے نادر دیاں فوجاں تے مغلاں دی سلطنت دلی دیاں فوجاں دی ایک دن دی بڑی وڈی ٹکر ہندی ہے بڑی وڈی لڑائی ہندی ہے پر محمد شاہ رنگیلا بھارت دا بادشاہ ہے محمد شاہ رنگیلا پردھان منتری ہے مغل سلطنت دا او دیاں فوجاں وی کچھ بہتی کارگزاری نہ کر سکیاں تین کو گھنٹے دی لہو ڈولویں ٹکر دے اندر ہی دلی دیاں فوجاں نو ہرا کے نادر دلی اتنے بھی قبضہ کر لیندا ہے آو خالسا جی اے جنگ جو بہادر جرنیل افغانستان نو جتن تو بعد ایران تو تریا افغان نو جتیا اس تو بعد پشاور نو جتیا لاہور نو جتیا آخیر فروری والی 12 فروری والی لڑائی جیڑی ہے کرنال اتنے دلی سلطنت نال لڑن تو بعد مارچ دے آرمب دے اندر اے جیتو جرنیل دلی دے اندر داخل اس طرح ہو گیا بھائی جانوار دے کڑیاں دے آسرے ٹول دینا جیڑے ویکھ لیندے کندے پار دے جیڑے قوم نو زندگی دین والے او پہلا موت دی زلف سوار دے افغان نو رخ اگلا کریا پہلا جتی افغان نو رخ اگلا کریا پھر قابلیت پشاور
ਕਰਾਂਗੇ ਤੂੰ ਭਰਿਆ ਮਹਾਨ ਜੰਗਜੂ ਜਰਨੈਲ ਨਾਦਰ ਸ਼ਾਹ ਸਾਰੀਆਂ ਤਾਕਤਾਂ ਨੂੰ ਜ਼ੇਰ ਕਰਕੇ ਫਰਵਰੀ ਕਰਨਾਲ ਵਾਲੀ ਲੜਾਈ ਦਿੱਲੀ ਮੁਗਲ ਸਲਤਨਤ ਨਾਲ ਲੜ ਕੇ ਮਾਰਚ ਦੇ ਆਰੰਭ ਦੇ ਅੰਦਰ ਇੱਕ ਜੇਤੂ ਜਰਨੈਲ ਬੜੇ ਵੱਡੇ ਜਲੂਸ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਦਿੱਲੀ ਦੇ ਅੰਦਰ ਐਂਟਰੀ ਕਰਦਾ ਦੇਸ਼ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਉਹਦੇ ਮੋਹਰੇ ਗੋਡੇ ਟੇਕ ਦਿੰਦਾ ਤੇ ਗੁਰੂ ਕੇ ਸਿੱਖੋ ਯਾਦ ਰੱਖੋ ਨਾਦਰ ਸ਼ਾਹ ਨੇ ਇੱਥੇ ਰਾਜ ਨਹੀਂ ਕੀਤਾ ਰਾਜ ਭਾਰਤ ਦੇ ਅੰਦਰ ਮੁਗਲ ਸਲਤਨਤ ਦਾ ਚੱਲ ਰਿਹਾ ਮੁਗਲ ਖਾਨਦਾਨ ਦਾ ਚੱਲ ਰਿਹਾ ਇਹ ਨਾਦਰ ਅਤੇ ਅਹਿਮਦ ਸ਼ਾਹ ਅਬਦਾਲੀ ਇਹ ਜਿਹੜੇ ਬਾਹਰੋਂ ਆਉਣ ਵਾਲੇ ਧਾੜਵੀ ਨੇ ਜਿਹੜੇ ਸਿਰਫ ਲੁੱਟਣ ਦੇ ਮਕਸਦ ਨਾਲ ਆਉਂਦੇ ਸਨ ਤੇ ਨਾਦਰ ਦਾ ਜਿਹੜਾ ਹੈ ਇਹ ਪਹਿਲਾ ਹਮਲਾ ਆਪਾਂ ਦੇਖ ਰਹੇ ਹਾਂ ਆਓ ਮੁਗਲ ਸਲਤਨਤ ਨੇ ਹਾਰ ਮੰਨੀ ਦਿੱਲੀ ਦੇ ਅੰਦਰ ਐਂਟਰੀ ਕਰਦਾ ਨਾਦਰ ਤੇ ਆਓ ਖਾਲਸਾ ਜੀ ਇੱਥੇ ਇਤਿਹਾਸ ਕਹਿੰਦਾ ਕਿ 53 ਦਿਨ ਰਿਹਾ ਨਾਦਰ ਦਿੱਲੀ ਦੇ ਅੰਦਰ 53 ਦਿਨ ਰਿਹਾ ਇਹਨਾਂ ਕਰੀਬ 2 ਮਹੀਨਿਆਂ ਦੇ ਅੰਦਰ ਨਾਦਰ ਦੀਆਂ ਫੌਜਾਂ ਨੇ ਦਿੱਲੀ ਦੇ ਅੰਦਰ ਉਹ ਅੱਤ ਚੁੱਕੀ ਕਿ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਮਥੁਰਾ ਤਾਕੇ ਦੀਆਂ ਫੌਜਾਂ ਨੇ ਦਿੱਲੀ ਉਜਾੜ ਕੇ ਰੱਖ ਦਿੱਤੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਪੱਟ ਕੇ ਤਲਾਸ਼ੀਆਂ ਲਈਆਂ ਗਈਆਂ ਬਈ ਕਿਸੇ ਨੇ ਕਿ ਛੱਤਾਂ ਦੇ ਅੰਦਰ ਪੈਸਾ ਨਾ ਲੁਕੋਇਆ ਹੋਵੇ ਆਟੇ ਵਾਲੀਆਂ ਭੜੋਲੀਆਂ ਤੱਕ ਫੋਲ ਮਾਰੀਆਂ ਇਹਦੀ ਫੌਜ ਨੇ ਲੋਕਾਂ ਦੀਆਂ ਜੇਬਾਂ ਟੋ ਟੋ ਕੇ ਪੈਸੇ ਕੱਢੇ ਜਿਹੜਾ ਦਿੱਲੀ ਦੇ ਅੰਦਰ ਪੈਸੇ ਧੇਲੇ ਦੀ ਲੁੱਟ ਦਾ ਹਿਸਾਬ ਹੈ ਉਹ ਇਤਿਹਾਸ ਵੀ ਨਹੀਂ ਰੱਖ ਸਕਿਆ ਇੰਨੀ ਅੰਨੀ ਲੁੱਟ 2 ਮਹੀਨੇ ਇਹਦੀਆਂ ਫੌਜਾਂ ਨੇ ਦਿੱਲੀ ਦੇ ਅੰਦਰ ਮਚਾਈ ਇਹਦੇ ਤੋਂ ਇਲਾਵਾ ਖਾਲਸਾ ਜੀ ਜਿਹੜੇ ਬੰਦੇ ਕਰਨਾਲ ਦੀ ਲੜਾਈ 'ਚ ਲੜੇ ਸਨ ਉਹ ਪਤਾ ਲੱਗਾ ਇਹਨੂੰ ਨਾਦਰ ਨੂੰ ਵੀ ਆਹ ਫਲਾਨੇ ਜਰਨੈਲ ਦਾ ਘਰ ਹੈ ਜਿਹੜਾ ਉੱਥੇ ਲੜਿਆ ਸੀ ਚੜ੍ਹ ਕੇ ਗਿਆ ਸੀ ਆਹ ਫਲਾਨੇ ਜਰਨੈਲ ਦਾ ਘਰ ਹੈ ਮੁਗਲ ਸਲਤਨਤ ਦੇ ਜਰਨੈਲਾਂ ਦੇ ਕਤਲ ਕੀਤੇ ਗਏ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਕੀਤੀਆਂ ਗਈਆਂ ਔਰ ਇੱਕ ਇੱਕ ਦਿਨ ਦੇ ਅੰਦਰ ਹਜ਼ਾਰਾਂ ਮੁਗਲ ਅਤੇ ਜਿਹੜੇ ਹਿੰਦੂ ਸਨ ਦਿੱਲੀ ਦੇ ਉਹਨਾਂ ਦੇ ਕਤਲ ਹੁੰਦੇ ਰਹੇ
ਪਰ ਖਾਲਸਾ ਜੀ ਇੰਨੀ ਆਤਮ ਚਾਉਣ ਦੇ ਬਾਵਜੂਦ ਵੀ ਦਿੱਲੀ ਕੁਝ ਵੀ ਨਾ ਕਰ ਸਕੀ ਮੁਗਲ ਸਲਤਨਤ ਇਹਦਾ ਕੋਈ ਮੁਕਾਬਲਾ ਨਾ ਕਰ ਸਕੀ ਆਓ ਜੀ ਅਖੀਰ ਇਹਨੇ 2 ਮਹੀਨੇ ਦਿੱਲੀ ਲੁੱਟਣ ਤੋਂ ਬਾਅਦ 53 ਦਿਨ ਲੁੱਟਣ ਤੋਂ ਬਾਅਦ ਇਹਨੇ ਵਾਪਸੀ ਦਾ ਪ੍ਰੋਗਰਾਮ ਬਣਾਇਆ ਤੇ ਵਾਪਸੀ ਸਮੇਂ ਜਿਹੜਾ ਇਹਦੇ ਕੋਲ ਲੁੱਟ ਦਾ ਮਾਲ ਅਸਬਾਬ ਸੀ ਉਹਦੀ ਕੋਈ ਗਿਣਤੀ ਨਹੀਂ ਪੈਸੇ ਦੀ ਗਿਣਤੀ ਹਿਸਾਬ ਨਹੀਂ ਲਿਖ ਸਕਿਆ ਇਤਿਹਾਸ ਕਿੰਨਾ ਕੁ ਪੈਸਾ ਲੁੱਟ ਕੇ ਉਤਰਿਆ ਹਾਂ ਸਾਡੇ ਇਤਿਹਾਸਕਾਰ ਇਹ ਜ਼ਰੂਰ ਲਿਖਦੇ ਆ ਵੀ ਜਿਹੜੀਆਂ ਇਹਦੀਆਂ ਫੌਜਾਂ ਜਾਂਦੀਆਂ ਘੋੜਿਆਂ ਤੇ ਖੱਚਰਾਂ ਉੱਤੇ ਗਈਆਂ ਉਹ ਆਉਂਦੀਆਂ ਪੈਦਲ ਸਨ ਤੇ ਸਾਰੇ ਖੱਚਰਾਂ ਘੋੜਿਆਂ ਉੱਤੇ ਮਾਇਆ ਲੱਦੀ ਹੋਈ ਸੀ ਮੋਹਰਾਂ ਲੱਦੀਆਂ ਹੋਈਆਂ ਸਨ ਖੁਰਜੀਆਂ ਬੋਰੀਆਂ ਭਰ ਭਰ ਕੇ ਅੰਨੀ ਲੁੱਟ ਦਿੱਲੀ ਦੇ ਅੰਦਰ ਇੰਨੇ ਵਰਾਈ ਔਰ ਖਾਲਸਾ ਜੀ ਇਹ ਤੇ ਮਾਇਆ ਦੀ ਲੁੱਟ ਹੈ ਉਸ ਤੋਂ ਬਾਅਦ ਇਹਨੇ ਤਖ਼ਤ ਤੇ ਤਾਊਸ ਚੱਕਿਆ ਜਿਹੜਾ ਕਦੇ ਸ਼ਾਹਜਹਾਨ ਨੇ ਉਦੋਂ 9 ਕਰੋੜ ਰੁਪਈਆ ਲਾ ਕੇ ਆਪਣੇ ਦਰਬਾਰ ਦੇ ਅੰਦਰ ਬਹਿਣ ਲਈ ਬੜੇ ਸ਼ੌਕ ਨਾਲ ਬੜਾ ਸ਼ਾਹੀ ਤਖ਼ਤ ਬਣਾਇਆ ਸੀ ਜਿਹਨੂੰ ਤਖ਼ਤ ਤੇ ਤਾਊਸ ਦਾ ਨਾਮ ਦਿੱਤਾ ਗਿਆ ਕੋਹਿਨੂਰ ਹੀਰਾ ਚੁੱਕਿਆ ਔਰ ਇਹਦੇ ਤੋਂ ਇਲਾਵਾ ਪੈਸਾ ਕੋਹਿਨੂਰ ਹੀਰਾ ਤਖ਼ਤ ਤੇ ਤਾਊਸ ਦੀ ਤਾਂ ਗੱਲ ਛੱਡ ਦਿਓ ਜਿਹੜੀਆਂ ਭਾਰਤ ਦੀਆਂ ਧੀਆਂ ਭੈਣਾਂ ਬੰਨੀਆਂ ਉਹਨਾਂ ਦੀ ਗਿਣਤੀ 70,000 ਤੋਂ ਲੈ ਕੇ 1.5 ਲੱਖ ਲਿਖੀ ਹੈ ਇਤਿਹਾਸਕਾਰਾਂ ਨੇ ਇੰਨੀ ਭਾਰਤ ਦੀ ਜਵਾਨੀ ਜਿਹਦੇ ਅੰਦਰ ਭਾਰਤ ਦੀਆਂ ਧੀਆਂ ਤੇ ਜਵਾਨ ਲੜਕੇ ਨੇ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਈਰਾਨ ਔਰ ਅਫਗਾਨ ਦੇ ਅੰਦਰ ਉਹਨਾਂ ਨੂੰ ਵੇਚਿਆ ਜਾਣਾ ਸੀ ਉਹਨਾਂ ਨੂੰ ਗੁਲਾਮ ਬਣਾ ਕੇ ਉਹਨਾਂ ਕੋਲੋਂ ਕੰਮ ਕਰਾਏ ਜਾਣੇ ਸਨ ਉਹਨਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਹੋਣੇ ਸਨ ਅਫਗਾਨ ਜਾ ਕੇ ਈਰਾਨ ਜਾ ਕੇ ਉਹ ਹਿੰਦ ਦੀਆਂ ਇੰਨੀ ਵੱਡੀ ਗਿਣਤੀ ਦੇ ਅੰਦਰ ਧੀਆਂ ਅਤੇ ਨੌਜਵਾਨ ਲੜਕੇ ਜਿਹੜੇ ਆ ਗੁਲਾਮ ਬਣਾਉਣ ਵਾਸਤੇ ਇਹ ਬੰਨ ਕੇ ਤੁਰਿਆ ਆਓ ਖਾਲਸਾ ਜੀ ਹੁਣ ਇਹ ਆਇਆ ਕਿਵੇਂ ਆਇਆ ਈਰਾਨ ਤੋਂ ਅਫਗਾਨ ਤੋਂ ਤੇ ਲਾਹੌਰ ਨੂੰ ਜਿੱਤ ਕੇ ਕਰਨਾਲ ਦਿੱਲੀ 'ਚ ਜਾ ਵੜਿਆ ਇੱਥੋਂ ਤੱਕ ਸਾਡਾ ਕੋਈ ਵਾਸਤਾ ਨਹੀਂ ਹੈ ਗੁਰੂ ਕਾ ਪੰਥ ਪੰਜਾਬ 'ਚ ਹੈ ਪੰਥ ਬੜੀ ਅਹਿਲ ਨੀਤੀ ਉੱਤੇ ਚੱਲ ਰਿਹਾ ਸੀ ਕਿ ਇਹ ਆਰਿਆ ਨਾਦਰ ਪੰਥ ਨੂੰ ਪਤਾ ਹੈ ਸਾਡੇ ਜਰਨੈਲਾਂ ਨੂੰ ਪਤਾ ਹੈ ਪਰ ਪੰਥ ਦੀ ਨੀਤੀ ਹੈ ਕਿ ਜਾਂਦਿਆਂ ਨੂੰ ਕੁਝ ਨਹੀਂ ਕਹਿਣਾ ਆਉਂਦਿਆਂ ਨੂੰ ਮਿਲਾਂਗੇ ਦਿੱਲੀ ਲੁੱਟਣ ਦਿਓ ਦਿੱਲੀ ਜਿੰਨੀ ਕਮਜ਼ੋਰ ਹੋਵੇਗੀ ਪੰਥ ਉਹਨਾਂ ਚੜ੍ਹਦੀ ਕਲਾ 'ਚ ਜਾਏਗਾ ਇਸ ਕਰਕੇ ਇਹ ਧਾੜਵੀ ਦਿੱਲੀ ਨੂੰ ਲੁੱਟਣਗੇ ਸਾਡਾ ਉਹਦੇ ਵਿੱਚ ਕੋਈ ਰੋਲ ਨਹੀਂ ਹਾਂ ਆਉਂਦਿਆਂ ਕੋਲੋਂ ਹਿੱਸਾ ਜ਼ਰੂਰ ਵੰਡਾਵਾਂਗੇ ਆਓ ਖਾਲਸਾ ਜੀ ਸਾਡੇ ਜਰਨੈਲ ਜਾਂਦਿਆਂ ਨਹੀਂ ਰੋਕਿਆ ਨਾਦਰ ਜਦੋਂ ਆਉਣ ਦੀ ਖਬਰ ਮਿਲੀ ਤੇ ਇੱਥੋਂ ਕਰਨਾਲ ਤੋਂ ਲੈ ਕੇ ਦਰਿਆ ਅਟਕ ਤੱਕ ਸਾਰਾ ਰਸਤਾ ਸਾਡੇ ਜਰਨੈਲਾਂ ਨੇ ਕਵਰ ਕਰ ਲਿਆ ਆਓ ਵਿਸਥਾਰ ਬਾਅਦ ਵਿੱਚ ਦੇਖ ਲਵਾਂਗੇ 5 ਕੁ ਮਿੰਟ ਬਾਕੀ ਨੇ ਇੱਕ ਰਚਨਾ ਤੁਹਾਡੀ ਨਜ਼ਰ ਕਰਨੀ ਹੈ ਸਾਡੇ ਸਾਰੇ ਜਰਨੈਲਾਂ ਨੂੰ ਖਬਰ ਮਿਲੀ ਨਾਦਰ 2 ਮਹੀਨੇ ਦਿੱਲੀ ਨੂੰ ਲੁੱਟ ਕੇ ਵਾਪਸ ਆ ਰਿਹਾ ਆਓ ਕਰਨਾਲ ਤੋਂ ਲੈ ਕੇ ਦਰਿਆ ਅਟਕ ਤੱਕ ਸਾਡੇ ਜਰਨੈਲ ਆਪੋ ਆਪਣੇ ਜਥੇ ਲਾ ਕੇ ਇਹ ਸ਼ਾਹਰਾਹ ਉੱਤੇ ਬੈਠ ਗਏ ਨਾਦਰ ਦੀਆਂ ਫੌਜਾਂ ਜਦੋਂ ਕਰਨਾਲ ਟੱਪੀਆਂ ਨਾਦਰ ਆਪ ਮੋਰੇ ਮੋਰੇ ਲਾਹੌਰ ਪਹੁੰਚ ਗਿਆ ਪਿੱਛੇ ਇਹਦੇ ਮਾਲ ਅਸਬਾਬ ਵਾਲੇ ਕਾਫਲੇ ਜਿਨ੍ਹਾਂ ਉੱਤੇ ਮਾਇਆ ਲੱਦੀ ਹੈ ਗਧੇ ਘੋੜੇ ਖੱਚਰਾਂ ਰੇੜੇ ਜੋ ਕੁਝ ਵੀ ਸੀ ਔਰ ਉਹ ਗੱਡੇ ਜਿਨ੍ਹਾਂ ਉੱਤੇ ਹਿੰਦ ਦੀਆਂ ਧੀਆਂ ਭੈਣਾਂ ਬੰਨ ਕੇ ਭੇਡਾਂ ਵਾਂਗੂ ਗੱਡਿਆਂ ਉੱਤੇ ਸੁੱਟੀਆਂ ਸਨ ਆਓ ਖਾਲਸਾ ਜੀ ਇਹ ਸਾਰਾ ਜਿਹੜਾ ਹਿਸਾਬ ਕਿਤਾਬ ਹੈ ਨਾਦਰ ਕੋਲੋਂ ਲੈਣ ਦਾ ਪ੍ਰੋਗਰਾਮ ਗੁਰੂ ਕੇ ਪੰਥ ਨੇ ਬਣਾਇਆ ਆਓ ਨਾਦਰ ਦੇ ਕਾਫਲੇ ਆਏ ਰੇਂਜ ਦੇ ਅੰਦਰ ਤੇ ਸਾਡੇ ਜਰਨੈਲਾਂ ਨੇ ਕਰਕੇ ਹਮਲੇ ਜਿਹੜੇ ਹੈ ਉਹ ਇਹਦੇ ਕਿਵੇਂ ਇੱਥੇ ਲੁੱਟ ਮਚਾਉਣੀ ਹੈ ਗੁਰੂ ਕਾ ਪੰਥ ਜਿਹੜਾ ਖਾਲਸਾ ਜੀ ਆਓ ਨਾਦਰ 2 ਮਹੀਨੇ ਲੁੱਟ ਕੇ ਦਿੱਲੀ ਤੋਂ ਵਾਪਸ ਕਿਵੇਂ ਤੁਰਿਆ ਇਹਦੇ ਕੋਲ ਮਾਲ ਅਸਬਾਬ ਕੈਸਾ ਕੀ ਲੈ ਕੇ ਉੱਥੋਂ ਤੁਰਿਆ ਔਰ ਇਸ ਤੋਂ ਬਾਅਦ ਅੱਗੇ ਜਾ ਕੇ ਪੰਥ ਕੀ ਰੋਲ ਕਰਦਾ ਆਪਾਂ ਦੇਖਾਂਗੇ ਫਿਲਹਾਲ ਦਿੱਲੀ ਨੂੰ 2 ਮਹੀਨੇ ਲੁੱਟ ਕੇ ਨਾਦਰ ਦੀ ਵਾਪਸੀ ਦੀ ਅੱਜ ਦੀ ਆਖਰੀ ਰਚਨਾ ਟਾਡੀ ਜਥਾ ਇੰਜ ਕਹਿੰਦਾ ਜਿੱਤ ਨਾਦਰ ਪਛਾਣ ਮੁੜਿਆ ਦਿੱਲੀ ਜਿੱਤ ਨਾਦਰ ਪਛਾਣ ਮੁੜਿਆ ਦਿੱਲੀ ਜਿੱਤ ਨਾਦਰ ਪਛਾਣ ਮੁੜਿਆ ਦਿੱਲੀ ਜਿੱਤ ਨਾਦਰ ਪਛਾਣ ਮੁੜਿਆ ਰਹਿ ਕੇ 2 ਮਹੀਨੇ ਦਿੱਲੀ ਲੋਟੀ ਪੁੱਟ ਕੇ ਲੁੱਟਿਆ ਜਮਾਲ ਗੱਡਿਆਂ ਤੇ ਸੁੱਟ ਕੇ ਲੁੱਟਿਆ ਜਮਾਲ ਗੱਡਿਆਂ ਤੇ ਸੁੱਟ ਕੇ ਜਰਨੈਲ ਸ਼ਾਨ ਨਾਲ ਤੁਰਿਆ ਜੇ ਤੂੰ ਜਰਨੈਲ ਸ਼ਾਨ ਨਾਲ ਤੁਰਿਆ ਦਿੱਲੀ ਜਿੱਤ ਨਾ ਤੇਰੇ ਪਛਾਣ ਮੁੜਿਆ ਦਿੱਲੀ ਜਿੱਤ ਨਾ ਤੇਰੇ ਪਛਾਣ ਮੁੜਿਆ
ਭਾਰਤੀ ਨੂੰ ਕੁਰਸੀ ਚੱਲਿਆ ਲੈ ਸਭ ਭਾਰਤੀ ਨੂੰ ਕੁਰਸੀ ਓ ਜੋੜਿਆ ਫੌਜਾਂ ਨੇ ਜਿੰਨਾ ਮਾਲ ਜੁੜਿਆ ਜੋੜਿਆ ਫੌਜਾਂ ਨੇ ਜਿੰਨਾ ਮਾਲ ਜੁੜਿਆ ਦਿੱਲੀ ਦੇ ਤੇਰਾ ਬੇੜ ਪਿਛਾਨ ਮੁੜਿਆ ਦਿੱਲੀ ਦੇ ਤੇਰਾ ਬੇੜ ਪਿਛਾਨ ਮੁੜਿਆ ਓ ਗਿਣਤੀ ਹਜ਼ਾਰਾਂ ਬੰਨੀਆਂ ਜਵਾਨੀਆਂ ਧੀਆਂ ਭੈਣਾਂ ਰੋਲ ਸੁੰਦਰੀ ਜਵਾਨੀਆਂ ਧੀਆਂ ਭੈਣਾਂ ਰੋਣ ਸੋਹਣ ਜ਼ਿੰਦਗਾਨੀਆਂ جیون نالو کیا تھوڑیا ایسے بھی جیون نالو کیا تھوڑیا دل جی تینا دل پریشان مڑیا دل جی تینا دل پریشان مڑیا فتح والے جھنڈے ہے کہ اتے گڑ کے ہندیاں دے چلے آپ لے کے کڑ کے ہندیاں دے چلے آپ لے کے کڑ کے جمعے جتا پیر جدر وی تریا جمعے جتا پیر جدر وی تریا دل جی دل پریشان مڑیا دل جی تیرا دل پریشان مڑیا او لنگنا ہے پیڑا وچ دی پنجاب دے لنگنا ہے پیڑا ہے پنجاب وچ دی خوشات کیڑے پاوک دی پھر بھی خوشات کیڑے پاوک دی خاص نفرنا جے کوئی فریا خاص نفرنا جے کوئی فریا دل جتنا دل پریشان مڑیا دل جتنا دل پریشان مڑیا دل جتنا دل پریشان مڑیا سو او خالصا جی اے سی نادر دے حالات ਅਤੇ ਉਹਦਾ ਪਹਿਲਾ ਹਮਲਾ ਭਾਰਤ ਉੱਤੇ ਹੁਣ ਉਹਦੀ ਵਾਪਸੀ ਉੱਤੇ ਖਾਲਸਾ ਪੰਥ ਦੀ ਐਂਟਰੀ ਇਸ ਪ੍ਰਸੰਗ 'ਚ ਹੁੰਦੀ ਹੈ ਪੰਥ ਆਪਣਾ ਰੋਲ ਕੀ ਕਰਦਾ ਦੁਨੀਆ ਦੇ ਇਸ ਜੇਤੂ ਜਰਨੈਲ ਨੂੰ ਪੰਥ ਨੇ ਪੰਜਾਬ ਦੀ ਧਰਤੀ ਉੱਤੇ ਤੂਲ ਚੱਟਣ ਲਈ ਮਜਬੂਰ ਕਰ ਦਿੱਤਾ ਇਹਦੇ ਕੋਲੋਂ ਹਿੰਦੁਸਤਾਨ ਦੀਆਂ ਧੀਆਂ ਆਜ਼ਾਦ ਕਰਵਾਈਆਂ ਪੂਰਾ ਲੁੱਟਿਆ ਹੋਇਆ ਮਾਲ ਅਸਬਾਬ ਉਹ ਖਾਲਸਾ ਇਹਦੇ ਕੋਲੋਂ ਕਿਸ ਤਰ੍ਹਾਂ ਲੁੱਟਦਾ ਔਰ ਅਖੀਰ ਲਾਹੌਰ ਪਹੁੰਚ ਕੇ ਇਹ ਖਾਲਸੇ ਦੇ ਰਾਜ ਦੀ ਪੈਸ਼ੇਨਗੋਈ ਕਰਦਾ ਹੈ ਭਵਿੱਖਬਾਣੀ ਕਰਦਾ ਹੈ ਪੰਥ ਕੋਲੋਂ ਹਾਰ ਮੰਨ ਕੇ ਬਾਹਾਂ ਖੜੀਆਂ ਕਰਕੇ ਇੱਕ ਤਰੀਕੇ ਨਾਲ ਇਹ ਲਾਹੌਰ ਦੀ ਧਰਤੀ ਤੋਂ ਈਰਾਨ ਨੂੰ ਵਾਪਸ ਚਲਾ ਗਿਆ ਸੀ ਅਗਲੇ ਹਾਲਾਤ ਆਪਾਂ ਅਗਲਾ ਸਮਾਂ 3 ਤੋਂ 4 ਵਜੇ ਤੱਕ ਜਿਹੜਾ ਉਹਦੇ ਅੰਦਰ ਦੇਖਾਂਗੇ ਹੁਣ ਇੰਨੀ ਕੁ ਸੇਵਾ ਕਬੂਲਿਓ ਜੀ ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦਾ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਗੁਰੂ ਕੇ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬ ਜੀ ਅਗਲੇ ਪ੍ਰੋਗਰਾਮ ਲਈ ਆਪ ਜੀ ਦੇ ਨਾਲ ਨੇ ਗੁਰੂ ਕੈਰਾਗੀ ਸਿੰਘ ਸਾਹਿਬ ਪਹੁੰਚ ਗਏ ਆਓ ਨੂਰਾਨੀ ਕੀਰਤਨ ਨਾਲ ਆਪ ਸਰਬੱਤ ਸੰਗਤਾਂ ਨੇ ਜੁੜਨਾ ਦਾਸਾਂ ਕੋਲੋਂ ਇੰਨੀ ਕੁ ਸੇਵਾ ਕਬੂਲਿਓ ਜੀ ਗਲਤੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।